ਹੁਣ ਆਦਮਪੁਰ ਦੀ ਬਜਾਏ ਜਲੰਧਰ ਦੇ ਨਾਮ ਤੇ ਬੁੱਕ ਹੋਵੇਗੀ ਏਅਰ ਟਿਕਟ। ਹੁਣ ਆਦਮਪੁਰ ਤੋਂ ਦਿੱਲੀ ਲਈ ਬੁਕਿੰਗ ਜਲੰਧਰ ਦੇ ਨਾਮ ਤੇ ਕੀਤੀ ਜਾਏਗੀ। ਇਹ ਫੈਸਲਾ ਕੇਂਦਰ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਲਿਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਲਈ ਟਿਕਟ ਦੀ ਬੁਕਿੰਗ ਆਦਮਪੁਰ ਦੇ ਨਾਂ ਤੇ ਹੀ ਕੀਤੀ ਜਾਂਦੀ ਹੈ। ਦਰਅਸਲ ਆਦਮਪੁਰ ਏਅਰਪੋਰਟ ਦੀ ਸ਼ੁਰੂਆਤ ਕੇਂਦਰ ਸਰਕਾਰ ਵੱਲੋਂ ਏਅਰਫੋਰਸ ਦੇ ਰਨਵੇ ਦੀ ਵਰਤੋਂ ਕਰਦਿਆਂ ਕੀਤੀ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਦੁਆਬਾ ਏਅਰਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਅਸ਼ਵਨੀ ਕੁਮਾਰ ਵਿਕਟਰ ਨੇ ਦੱਸਿਆ ਹੈ ਕਿ ਇਹ ਬੁਕਿੰਗ ਹੁਣ ਜਲੰਧਰ ਦੇ ਨਾਮ ਤੇ ਕੀਤੀ ਜਾਏਗੀ, ਜਿਸ ਨਾਲ ਯਾਤਰੀਆਂ ਨੂੰ ਆਰਾਮ ਮਿਲੇਗਾ। ਦੱਸ ਦਈਏ ਕਿ ਪੰਜਾਬ ਦੇ ਜਲੰਧਰ ਸ਼ਹਿਰ ਦਾ ਨਾਂ ਹਵਾਬਾਜ਼ੀ ਖੇਤਰ ਨਾਲ ਸੰਬੰਧਿਤ ਇੰਟਰਨੈਸ਼ਨਲ ਮੈਪ ਤੇ ਆ ਗਿਆ, ਜਿਸ ਕਾਰਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਜਲੰਧਰ ਏਅਰਪੋਰਟ ਰੱਖ ਦਿੱਤਾ ਗਿਆ। ਲਾਈਕ ਦਿਸ ਵੀਡੀਓ, ਸਬਸਕ੍ਰਾਈਬ ਅਵਰ ਚੈਨਲ ਸਾਹਿਤ ਟੀਵੀ।